ਹਾਂਜੀ, ਸਤਿ ਸ਼੍ਰੀ ਅਕਾਲ ਸਾਰੇ ਹੀ ਪਿਆਰੇ ਵਿਦਿਆਰਥੀਆਂ ਨੂੰ, ਔਰ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਟੈਕ ਬਜ਼ਰ ਅਕੈਡਮੀ ਦੇ ਇਸ ਅਫੀਸ਼ੀਅਲ ਯੂਟਿਊਬ ਚੈਨਲ ਦੇ ਉੱਪਰ, ਔਰ ਮੈਂ ਅਨਮੋਲ ਸਿੰਘ ਤੁਹਾਡਾ ਹਾਰਦਿਕ ਸਵਾਗਤ ਕਰਦਾ ਜੀ ਅੱਜ ਦੇ ਇਸ ਬੜੇ ਹੀ ਖਾਸ ਅਤੇ ਅਹਿਮ ਸੈਸ਼ਨ ਦੇ ਵਿੱਚ, ਜੋ ਕਿ ਹੈ ਜੀ ਸਾਡਾ ਪੈਡਾਗੋਗੀ ਅਤੇ ਵਿਆਕਰਨ ਦੀ ਸੁਪਰ ਫਾਸਟ ਐਕਸਪ੍ਰੈਸ ਟ੍ਰੇਨ। ਠੀਕ ਹੈ, ਇਹਦੇ ਵਿੱਚ ਕੀ ਕਰਵਾਏ ਜਾਂਦੇ ਆ, ਇਹਦੇ ਵਿੱਚ ਬਈ ਬੜੇ ਹੀ ਅਤਿ ਮਹੱਤਵਪੂਰਨ MCQs ਆ ਜਿਹੜੇ ਡਿਸਕਸ ਕੀਤੇ ਜਾਂਦੇ ਆ, ਜੋ ਕਿ ਤੁਹਾਡੇ PSTET ਤੇ CTET ਦੇ ਨਜ਼ਰੀਏ ਤੋਂ ਬੜੇ ਅਹਿਮ ਹੈਗੇ। ਠੀਕ ਹੈ, ਬਾਕੀ ਜੇ ਗੱਲ ਕਰਾਂ HTET ਦੀ CTET ਦੀ, ਤਾਂ ਉਹਦੇ ਵਿੱਚ ਬਈ ਪੰਜਾਬੀ ਚੂਜ਼ ਕਰਦੇ ਹੋ, ਇਵੇਂ ਰੀਟ ਦੀ ਗੱਲ ਕਰ ਲਾ ਪੰਜਾਬੀ ਚੁਣਦੇ ਹੋ, ਤਾਂ ਉਹ ਵਿਦਿਆਰਥੀ ਵੀ ਇਸ ਕਲਾਸ ਦਾ ਆਨੰਦ ਜਿਹੜਾ ਹੈਗਾ ਜੀ ਉਹ ਲੈ ਸਕਦੇ ਹੈਗੇ। ਠੀਕ ਹੈ, ਇਹ ਕਲਾਸ ਦੇ ਵਿੱਚ ਪੈਡਾਗੋਗੀ ਅਤੇ ਵਿਆਕਰਨ ਨਾਲ ਸੰਬੰਧਿਤ 10 ਮਹੱਤਵਪੂਰਨ ਪ੍ਰਸ਼ਨਾਂ ਦੇ ਉੱਪਰ ਚਰਚਾ ਕੀਤੀ ਜਾਂਦੀ ਹੈ। ਠੀਕ ਹੈ ਜੀ, ਕਿਉਂਕਿ ਨਾਮ ਹੀ ਸੁਪਰ ਫਾਸਟ ਹੈ, ਔਰ ਬਾਕੀ ਸੈਸ਼ਨ ਦਾ ਨੰਬਰ ਹੈ ਜੋ 10 ਲੱਗ ਰਿਹਾ। ਠੀਕ ਹੈ, ਜੇ ਮੈਂ 10 ਸੈਸ਼ਨਾਂ ਨੂੰ ਗੁਣਾ 10 ਨਾਲ ਕਰਾਂ ਤਾਂ 100 MCQ, ਇਹ ਕੋਈ ਨੰਬਰ ਛੋਟਾ ਨਹੀਂ ਹੁੰਦਾ ਹੈਗਾ, ਔਰ ਇਹ ਨੰਬਰ ਵਧੀ ਜਾਣਾ ਹੈ। ਠੀਕ ਹੈ, ਤਾਂ ਤੁਹਾਨੂੰ ਜੇ ਕਲਾਸ ਵਧੀਆ ਲੱਗਦੀ ਹੈ, ਕੰਟੈਂਟ ਵਧੀਆ ਲੱਗਦਾ, ਤਾਂ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰ ਦਿਓ। ਠੀਕ ਹੈ ਜੀ, ਤਾਂ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਸੈਸ਼ਨ। ਸੋ ETT ਕਾਡਰ ਦਾ ਵੀ ਜਿਹੜਾ ਹੈਗਾ ਜੀ ਬੈਚ ਸ਼ੁਰੂ ਹੋ ਚੁੱਕੇ ਆ, ਤਾਂ ਜਿਹੜੇ ਵਿਦਿਆਰਥੀ ETT ਕਾਡਰ ਦੇ ਬੈਚ ਲੈਣਾ ਚਾਹੁੰਦੇ ਆ ਤਾਂ ਵੀ ਸਾਡੇ ਦਿੱਤੇ ਹੋਏ ਨੰਬਰਾਂ 'ਤੇ ਸੰਪਰਕ ਕਰ ਸਕਦੇ ਹੋ। ਠੀਕ ਹੈ ਜੀ, ਤਾਂ ਸਭ ਤੋਂ ਪਹਿਲਾ ਪ੍ਰਸ਼ਨ ਦੇਖੋ ਜੀ ਕਿ ਮੌਖਿਕ ਪ੍ਰੀਖਿਆ ਦਾ ਉਦੇਸ਼ ਨਹੀਂ ਹੈ, ਤਾਂ ਮੌਖਿਕ ਪ੍ਰੀਖਿਆ ਦਾ ਕਿਹੜਾ ਉਦੇਸ਼ ਨਹੀਂ ਗਾ ਬਈ? ਠੀਕ ਹੈ, ਕਿ ਬੱਚਿਆਂ ਦੇ ਤਾਰਕਿਕ ਅਤੇ ਚਿੰਤਨ ਸ਼ਕਤੀ ਦੇ ਵਿਕਾਸ ਦਾ ਗਿਆਨ ਹੋਵੇ, ਲਿਖ ਕੇ ਪ੍ਰਗਟ ਕਰਨ ਦੀ ਯੋਗਤਾ ਦਾ ਮੁਲਾਂਕਣ, ਪਾਠ ਜਾਂ ਇਕਾਈ ਦੀ ਸਿੱਖਿਆ ਦੀ ਡੂੰਘਾਈ ਨਾਲ ਜਾਂਚ, ਤੇ ਪੂਰਵ ਪਠਿਤ ਵਿਸ਼ੇ ਵਸਤੂ ਦੀ ਥੋੜ੍ਹੇ ਸਮੇਂ ਵਿੱਚ ਦੁਹਰਾਈ। ਤਾਂ ਗੱਲ ਕੀਤੀ ਗਈ ਹੈ ਮੌਖਿਕ ਪ੍ਰੀਖਿਆ ਦੀ। ਮੌਖਿਕ ਤੋਂ ਭਾਵ ਕੀ ਹੁੰਦਾ? ਬੋਲਣਾ। ਤਾਂ ਬਈ ਮੌਖਿਕ ਪ੍ਰੀਖਿਆ ਦੇ ਵਿੱਚ ਲਿਖਤੀ ਪ੍ਰਗਟ ਕਰਨ ਦੀ ਯੋਗਤਾ ਦਾ ਮੁਲਾਂਕਣ ਨਹੀਂ ਕੀਤਾ ਜਾ ਸਕਦਾ, ਤਾਂ ਪਹਿਲਾ ਇਹ ਹੀ ਆਪਸ਼ਨ ਜਿਹੜਾ ਹੈਗਾ ਜੀ ਉਹ ਗਲਤ ਹੈਗਾ, ਅਸੀਂ ਨਹੀਂ ਚੂਜ਼ ਕਰਨਾ। ਤਾਂ ਬਿਲਕੁਲ ਇਹ ਉੱਤਰ ਬਿਲਕੁਲ ਠੀਕ ਉੱਤਰ ਆਵੇਗਾ। ਠੀਕ ਹੈ ਜੀ, ਅਗਲਾ ਪ੍ਰਸ਼ਨ ਦੇਖੋ। ਅਗਲਾ ਪ੍ਰਸ਼ਨ ਕੀ ਕਹਿੰਦਾ? ਕਹਿੰਦਾ ਵਨ ਡੇ ਟਿੰਡੇ ਹੜਨਾ ਲਾਗੇ ਬਹੁਤਾ, ਤਾਂ ਇਹ ਸ਼ਬਦ ਪੰਜਾਬੀ ਦੀ ਕਿਸ ਉਪਭਾਸ਼ਾ ਦੇ ਨਾਲ ਸੰਬੰਧਿਤ ਹੈ? ਤਾਂ ਕਿੱਥੇ ਜਾਣਾ ਵਾ? ਮੈਂ ਤਾਂ ਭਾਈ ਵਨ ਡੇ ਟਿੰਡੇ ਜਾਣਾ ਵਾ, ਤਾਂ ਇਹ ਕੌਣ ਬੋਲਦੇ ਆ ਜੀ? ਮਾਝੀ ਦੇ ਵਿੱਚ ਬੋਲਦੇ ਆ, ਤਾਂ ਸੀ ਉੱਤਰ ਬਿਲਕੁਲ ਸਹੀ ਆਵੇ। ਅਗਲਾ ਪ੍ਰਸ਼ਨ ਦੇਖੋ ਪਿਆਰੇ ਵੀਰ, ਤਾਂ ਪ੍ਰਯੋਗਾਤਮਿਕ ਪ੍ਰੀਖਣ ਦੀ ਤਕਨੀਕ ਹੈ, ਤਾਂ ਪ੍ਰਯੋਗ ਆਤਮਿਕ ਪ੍ਰੀਖਣ ਜਿਹਦੇ 'ਚ ਕੋਈ ਨਾ ਕੋਈ ਪ੍ਰਯੋਗ ਕੀਤਾ ਜਾਏਗਾ, ਤਾਂ ਉਹਦੀ ਕਿਹੜੀ ਤਕਨੀਕ ਹੈ? ਤਾਂ ਬਈ ਦੈਨਿਕ ਕਾਰਜਾਂ ਦੀ ਨਿਗਰਾਨੀ ਨਹੀਂ ਆਵੇਗਾ, ਘਰ ਦਾ ਕੰਮ ਨਹੀਂ ਆਵੇਗਾ, ਵਸਤੂ ਨਿਸ਼ਚ ਪ੍ਰੀਖਿਆ ਵੀ ਨਹੀਂ ਆਏਗਾ, ਇਹਦੇ ਵਿੱਚ ਆਏਗਾ ਅਵਲੋਕਨ ਵਿਧੀ। ਹੁਣ ਅਵਲੋਕਨ ਤੋਂ ਭਾਵ ਕੀ ਹੁੰਦਾ? ਅਵਲੋਕਨ ਤੋਂ ਭਾਵ ਹੁੰਦਾ ਕਿਸੇ ਚੀਜ਼ ਦੀ ਡੂੰਘਾਈ ਦੇ ਵਿੱਚ ਸੰਪੂਰਨਤਾ, ਜਾਂਚ ਕਰਨੀ, ਉਹਨੂੰ ਅਵਲੋਕਨ ਦੇ ਨਾਮ ਨਾਲ ਜਾਣਿਆ ਜਾਂਦਾ। ਤਾਂ ਇਹ ਜਿਹੜਾ ਪ੍ਰਯੋਗਾਤਮਿਕ ਪ੍ਰੀਖਣ ਦੀ ਤਕਨੀਕ ਅਵਲੋਕਨ ਵਿਧੀ ਹੈ ਕਿ ਸਾਰੀਆਂ ਚੀਜ਼ਾਂ ਨੂੰ ਬਰੀਕੀ ਦੇ ਨਾਲ ਦੇਖਣਾ ਹਰ ਇੱਕ ਪੱਖ ਨੂੰ, ਅਤੇ ਫਿਰ ਉਸ ਦੇ ਆਧਾਰ 'ਤੇ ਨਿਸ਼ਕਰਸ਼ ਕੱਢਣਾ। ਤਾਂ ਡੀ ਉੱਤਰ ਬਿਲਕੁਲ ਸਹੀ ਆ। ਠੀਕ ਹੈ ਜੀ, ਅਗਲਾ ਪ੍ਰਸ਼ਨ ਦੇਖੋ। ਚਾਂਦੀ ਵਰਗਾ ਰੰਗ ਹੈ ਗੋਰਾ, ਸੋਨੇ ਵਰਗੇ ਵਾਲ ਸੁਨਹਿਰੀ, ਤਾਂ ਉਕਤ ਤੁਕਾਂ ਵਿੱਚ ਕਿਹੜਾ ਅਲੰਕਾਰ ਆ ਜਿਹੜਾ ਉਹ ਵਰਤਿਆ ਗਿਆ? ਤਾਂ ਕਿਹੜਾ ਅਲੰਕਾਰ ਵਰਤਿਆ ਗਿਆ ਬਈ? ਤਾਂ ਕੀ ਉੱਤਰ ਸਹੀ ਆ ਸਕਦਾ?
ਇਹਦਾ ਉੱਤਰ ਡੀ ਉੱਤਰ ਆ ਸਕਦਾ ਰੂਪਕ ਨਹੀਂ, ਇਹਦਾ ਉੱਤਰ ਆਏਗਾ ਏ ਉਪਮਾ। ਠੀਕ ਹੈ, ਤੁਲਨਾ ਕੀਤੀ ਗਈ ਹੈ, ਕਹਿੰਦਾ ਚਾਂਦੀ ਵਰਗਾ ਰੰਗ ਹੈ ਗੋਰਾ, ਸੋਨੇ ਵਰਗੇ ਵਾਲ ਸੁਨਹਿਰੀ। ਤਾਂ ਇੱਥੇ ਵਰਗਾ ਤੇ ਵਰਗੇ ਇਹ ਸ਼ਬਦ ਵਰਤੇ ਗਏ ਹੈ, ਔਰ ਇਹ ਵਰਤ ਇੱਥੇ ਕਿਹੜੇ ਅਲੰਕਾਰ ਦਾ ਭਲਾ ਦਿੰਦੇ ਹੈਗੇ ਆ, ਇਹ ਉੱਤਰ। ਜਦੋਂ ਕਿਸੇ ਇੱਕ ਚੀਜ਼ ਦੀ ਤੁਲਨਾ ਦੂਜੇ ਨਾਲ ਕੀਤੀ ਜਾਵੇ ਉਪਮਾ ਅਲੰਕਾਰ ਹੁੰਦਾ, ਜਿਵੇਂ ਚਾਂਦੀ ਵਰਗਾ ਰੰਗ ਹੈ ਗੋਰਾ, ਕਿ ਚਾਂਦੀ ਵਰਗਾ ਰੰਗ ਹੈ ਤੇ ਸੋਨੇ ਵਰਗੇ ਵਾਲ, ਯਾਨੀ ਕਿ ਵਾਲਾਂ ਦੀ ਤੁਲਨਾ ਕਿਹਦੇ ਨਾਲ ਕੀਤੀ ਗਈ ਹੈ, ਸੋਨੇ ਦੇ ਨਾਲ, ਤੇ ਰੰਗ ਦੀ ਤੁਲਨਾ ਚਾਂਦੀ ਨਾਲ ਕੀਤੀ ਗਈ ਹੈ। ਤਾਂ ਸਹੀ ਉੱਤਰ ਕੀ ਆਏਗਾ, ਇਹ ਉੱਤਰ ਆਏਗਾ। ਅਗਲਾ ਪ੍ਰਸ਼ਨ ਦੇਖੋ ਵੀ, ਪੰਜ ਨੰਬਰ, ਤਾਂ ਉਚਿਤ ਸਵਰ ਲੈ ਤਾਲ ਦੇ ਨਾਲ ਉਚਾਰਨ ਕਵਿਤਾ ਪਾਠ ਦਾ ਵਾਚਨ ਕਰਨ ਦੇ ਲਈ ਕਿਹੜੀ ਪ੍ਰੀਖਿਆ ਸਭ ਤੋਂ ਵੱਧ ਮਹੱਤਵਪੂਰਨ ਹੋਏਗੀ। ਤਾਂ ਬਈ ਉਚਿਤ ਸਵਰ ਦੇ ਨਾਲ ਪੜ੍ਹਨਾ, ਪੂਰੇ ਲੈ ਅਤੇ ਤਾਲ ਦੇ ਨਾਲ ਉਚਾਰਨ ਕਰਨਾ, ਤਾਂ ਕਿਹੜੀ ਵਾਚਨ ਮੁਲਾਂਕਣ ਵਿਧੀ ਦੇ ਵਿੱਚ ਕੰਮ ਆਏਗੀ। ਤਾਂ ਬਈ ਮੌਖਿਕ ਪ੍ਰੀਖਿਆ ਇਸ ਵਾਸਤੇ ਸਭ ਤੋਂ ਉੱਤਮ ਰਹੇਗੀ, ਕਿਉਂਕਿ ਉਚਾਰਨ ਦੀ ਗੱਲ ਹੋ ਰਹੀ ਹੈ, ਬੋਲਣ ਦੀ ਗੱਲ ਹੋ ਰਹੀ ਹੈ। ਬਾਕੀ ਦੇ ਵਿੱਚ ਤਾਂ ਲਿਖਤ ਆ ਜਾਏਗੀ, ਗਿਆਨ ਆ ਜਾਏਗਾ, ਬਹੁਤ ਆਤਮਿਕ ਆ ਜਾਏਗਾ, ਪਰ ਆਹ ਚੀਜ਼ਾਂ ਦੀ ਪਰਖ ਤਾਂ ਮੌਖਿਕ ਪ੍ਰੀਖਿਆ ਰਾਹੀਂ ਹੀ ਕੀਤੀ ਜਾ ਸਕਦੀ ਹੈ, ਜਿਹਨੂੰ ਓਰਲ ਟੈਸਟਿੰਗ ਦੇ ਨਾਮ ਨਾਲ। ਠੀਕ ਹੈ ਜੀ, ਅਗਲਾ ਪ੍ਰਸ਼ਨ ਦੇਖੋ ਬਾਈ, ਪੰਜ ਨੰਬਰ। ਤਾਂ ਬਾਈ ਮਾਸਟਰ ਕੇਡਰ ਦੇ ਵੀ ਬੈਚ ਅਵੇਲੇਬਲ ਹੈ, ਜਿਹੜੇ ਵਿਦਿਆਰਥੀ ਮਾਸਟਰ ਕੇਡਰ ਦੇ ਲਈ ਬੈਚ ਲੈਣਾ ਚਾਹੁੰਦੇ ਆ, ਤਾਂ ਵੀ ਸਾਡੇ ਦਿੱਤੇ ਹੋਏ ਨੰਬਰਾਂ 'ਤੇ ਸੰਪਰਕ ਕਰ ਸਕਦੇ ਹੋ ਜੀ। ਅਗਲਾ ਪ੍ਰਸ਼ਨ ਦੇਖੋ, ਮੌਨ ਪਾਠ ਦਾ ਸਭ ਤੋਂ ਉੱਤਮ ਗੁਣ ਕਿਹੜਾ ਹੈਗਾ। ਤਾਂ ਮੌਨ ਪਾਠ ਦਾ ਸਭ ਤੋਂ ਉੱਤਮ ਗੁਣ ਕਿਹੜਾ ਹੈਗਾ, ਕਿ ਇਹ ਇਕਾਗਰਤਾ ਰੱਖਣ ਵਿੱਚ ਸਹਾਇਕ ਹੁੰਦਾ, ਯਾਨੀ ਕਿ ਇਹਦਾ ਵੀ ਉੱਤਰ ਸੀ ਬਿਲਕੁਲ ਠੀਕ ਆਵੇਗਾ। ਅਗਲਾ ਪ੍ਰਸ਼ਨ ਦੇਖੋ, ਅਗਲਾ ਪ੍ਰਸ਼ਨ ਕੀ ਕਹਿੰਦਾ ਜੀ, ਕਿ ਇਹ ਵਰਤਾਰਾ ਸੱਭਿਅਕ ਸਮਾਜ ਦੇ ਲਈ ਚੰਗੇਰਾ ਨਹੀਂ ਹੋਵੇਗਾ। ਤਾਂ ਵਾਕ ਦੇ ਕਾਲ ਦੀ ਸਪਸ਼ਟੀਕਰਨ ਕਰੋ ਜੀ, ਕਿ ਵਾਕ ਕਿਹੜੇ ਕਾਲ ਦੇ ਵਿੱਚ, ਕਿ ਇਹ ਵਰਤਾਰਾ ਸੱਭਿਅਕ ਸਮਾਜ ਦੇ ਲਈ ਚੰਗੇਰਾ ਨਹੀਂ ਹੋਵੇਗਾ, ਤਾਂ ਇਹਦਾ ਉੱਤਰ ਕੀ ਆਏਗਾ। ਤਾਂ ਬਿਲਕੁਲ ਸਹੀ ਹੈ ਜੀ, ਜਿਹੜੇ ਵਿਦਿਆਰਥੀ ਇਹ ਉੱਤਰ ਕਰ ਰਹੇ ਆ ਜੀ, ਇਹ ਭਵਿੱਖਤ ਕਾਲ ਨਾਲ। ਠੀਕ ਹੈ, ਕਿਉਂਕਿ ਚੰਗੇਰਾ ਨਹੀਂ ਹੋਵੇਗਾ, ਭਾਵੇਂ ਨਹੀਂ ਲੱਗਿਆ ਹੋਇਆ, ਪਰ ਭਾਵੇਂ ਇਹ ਭਵਿੱਖ ਦੇ ਵਿੱਚ ਜਾਣ ਵਾਲਾ। ਠੀਕ ਹੈ, ਉੱਤਰ ਕੀ ਆਏਗਾ, ਇਹ ਉੱਤਰ ਸਹੀ ਹੈ। ਅੱਗੇ ਦੇਖੋ, ਚੰਗੀ ਅਤੇ ਆਦਰਸ਼ ਬੋਲਚਾਲ ਦਾ ਗੁਣ ਨਹੀਂ ਹੈ। ਤਾਂ ਬਈ ਚੰਗੀ ਤੇ ਆਦਰਸ਼ ਬੋਲਚਾਲ ਦਾ ਕਿਹੜਾ ਗੁਣ ਨਹੀਂ ਗਾ। ਤਾਂ ਬਈ ਸ਼ਿਸ਼ਟਤਾ, ਇਹ ਤਾਂ ਉਹਦਾ ਗੁਣ ਹੈ, ਮੌਕੇ ਅਨੁਸਾਰ ਬੋਲਣਾ ਇਹ ਵੀ ਗੁਣ ਹੈ, ਤੇ ਸੁਭਾਵਿਕਤਾ ਵੀ ਗੁਣ ਹੈ, ਪਰ ਬੇਲੋੜੀ ਵਰਤੋਂ ਇਸਦਾ ਗੁਣ ਨਹੀਂ ਗਾ। ਇਹਦਾ ਵੀ ਸਹੀ ਉੱਤਰ ਕੀ ਆਏਗਾ, ਸੀ ਫੋਰ ਬਿੱਲੀ ਆਏਗਾ। ਅਗਲਾ ਪ੍ਰਸ਼ਨ ਦੇਖੋ, ਸ਼ਮਲਾ ਤੱਕ ਕੇ ਭੁੱਲੀ ਨਾ ਕੁੱਲੀ ਨਾ ਗੁੱਲੀ, ਸ਼ਮਲਾ ਤੱਕ ਕੇ ਭੁੱਲੀ ਨਾ ਕੁੱਲੀ ਤੇ ਨਾ ਗੁੱਲੀ, ਇਸ ਅਖਾਣ ਦਾ ਸਹੀ ਅਰਥ ਦੱਸੋ। ਤਾਂ ਸ਼ਮਲੇ ਤੋਂ ਕੀ ਭਾਵ ਹੈ, ਕਿ ਸੋਹਣੀ ਪੱਗ ਵੇਖ ਕੇ ਮਰ ਗਈ, ਇਹ ਵੇਖਿਆ ਨਹੀਂ ਕਿ ਨਾ ਤਾਂ ਘਰ ਬਾਰ ਆ ਤੇ ਨਾ ਹੀ ਖਾਣ ਨੂੰ ਰੋਟੀ ਪੈਸੇ ਹੈਗੇ ਆ। ਤਾਂ ਕੀ ਹੁੰਦਾ, ਜਦੋਂ ਕੋਈ ਬੰਦਾ ਬਾਹਰੀ ਦਿਖਾਵਾ ਦੇ ਕੇ ਧੋਖਾ ਖਾ ਜੇ, ਤਾਂ ਉਦੋਂ ਇਹ ਅਖਾਣ ਵਰਤਿਆ ਜਾਂਦਾ ਅਸੀਂ। ਠੀਕ ਹੈ ਜੀ, ਹਾਂਜੀ। ਔਰ ਅੱਜ ਦਾ ਲਾਸਟ ਪ੍ਰਸ਼ਨ ਹੈਗਾ ਜੀ, ਕਿ ਬੱਚਿਆਂ ਦੇ ਵਿੱਚ ਲਿਖਣ ਕਲਾ ਦੇ ਵਿੱਚ ਨਿਪੁੰਨਤਾ ਲਿਆਉਣੀ ਹੈ, ਤਾਂ ਲਿਖਣ ਕਲਾ ਨਾਲ ਸੰਬੰਧਿਤ ਕਿਹੜੀ ਵਿਧੀ ਹੈਗੀ। ਤਾਂ ਬੈਠਣ ਦੇ ਆਸਣ ਦੀ ਵਿਧੀ, ਅੱਖਰ ਮਿਟਾਉਣ ਦੀ ਵਿਧੀ,
ਰਬੜ ਪੈਨਸਲ ਦੀ ਗੁਣਵੱਤਾ ਵਿਧੀ ਕਿ ਪੇਸਟਾਲੋਜੀ ਵਿਧੀ? ਤਾਂ ਬਿਲਕੁਲ ਸਹੀ ਹੈ ਜੀ, ਜਿਹੜੇ ਵਿਧੀ ਡੀ ਉੱਤਰ ਕਰ ਰਹੀ ਹੈ ਜੀ, ਤਾਂ ਪੇਸਟਾਲੋਜੀ ਵਿਧੀ ਹੈ ਜਿਹੜੀ, ਉਹਦਾ ਸੰਬੰਧ ਲਿਖਣ ਕੌਸ਼ਲ, ਲਿਖਣ ਕਲਾ ਸਿਖਾਉਣ ਦੇ ਨਾਲ ਹੈ। ਠੀਕ ਹੈ ਜੀ, ਇਹ ਸੀਗਾ ਜੀ ਲਾਸਟ ਪ੍ਰਸ਼ਨ, ਇਹ ਸੀ ਸਾਡੇ ਅੱਜ ਦੇ 10 ਪ੍ਰਸ਼ਨ। ਸੋ ਉਮੀਦ ਕਰਦੇ ਹਾਂ ਕਿ ਇਹਨਾਂ 10 ਪ੍ਰਸ਼ਨਾਂ ਤੋਂ ਤੁਹਾਨੂੰ ਕਾਫੀ ਕੋਈ ਨਵੀਨਤਮ ਜਾਣਕਾਰੀ ਪ੍ਰਾਪਤ ਹੋਈ ਹੋਵੇਗੀ। ਬਾਕੀ ਸਾਡੇ ਟੈਲੀਗ੍ਰਾਮ, ਇੰਸਟਾਗ੍ਰਾਮ ਤੇ ਫੇਸਬੁੱਕ ਤੇ ਪੇਜ ਬਣੇ ਹੋਏ ਆ ਜੀ, ਟੈਲੀਗ੍ਰਾਮ ਤੇ ਚੈਨਲ ਬਣਿਆ ਹੋਇਆ, ਤੁਸੀਂ ਸਰਚ ਕਰ ਸਕਦੇ ਹੋ, ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ। ਨਹੀਂ ਤਾਂ ਸਾਡੇ ਵਟਸਐਪ ਗਰੁੱਪ ਦੇ ਉੱਪਰ ਮੈਸੇਜ ਕਰਕੇ ਵਟਸਐਪ ਦੇ ਵਿੱਚ ਗਰੁੱਪ ਦੇ ਵਿੱਚ ਦਾਖਲ ਹੋ ਸਕਦੇ ਹੋ। ਠੀਕ ਹੈ ਜੀ, ਸਾਡੇ ਨਾਲ ਜੁੜੇ ਰਹਿਣ ਦੇ ਲਈ, ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਜੇ ਨਵੇਂ ਹੋ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ। ਠੀਕ ਹੈ ਜੀ, ਤਾਂ ਬਹੁਤ ਬਹੁਤ ਧੰਨਵਾਦ ਸਾਰੇ ਹੀ ਪਿਆਰੇ ਵਿਦਿਆਰਥੀਆਂ ਦਾ। ਸੋ ਮਿਲਦੇ ਹਾਂ ਜੀ ਸਵੇਰ ਦੇ ਅਗਲੇ 10 ਪ੍ਰਸ਼ਨਾਂ ਦੇ ਨਾਲ। ਧੰਨਵਾਦ।